ਮੇਰੀ ਤਰਫ ਤੋਂ ਤਮਾਮ ਵੀਡੀਓ ਦੇਖਣ ਵਾਲਿਆਂ ਨੂੰ ਅਸਲਾਮ ਅਲੈਕੁਮ। ਮੈਂ ਫਰਿਆਦ ਦੇ ਡੇਰੇ ਆਇਆ ਸੀ ਅਤੇ ਸਲਾਹ ਕਰਕੇ ਮੈਂ ਘਰੋਂ ਹੀ ਟੁਰਿਆ ਸੀ। ਕੁਝ ਪੈਸੇ ਇਹਨਾਂ ਦੇ ਦੇਣੇ ਨੇ ਮੈਂ ਪੈਟਰੋਲ ਦੇ, ਅਤੇ ਉਹ ਪੈਟਰੋਲ ਦੇ ਪੈਸੇ ਇਹ ਨਹੀਂ ਕਿ ਮੈਂ ਆਪਣੇ ਮੋਟਰਸਾਈਕਲ 'ਚ ਪਵਾਉਂਦਾ, ਉਹ ਮੇਰੇ ਕੋਲ ਕਰਦੇ ਨੇ ਕੰਮ ਬੰਦੇ, ਉਹਨਾਂ ਦੀ ਜ਼ਿੰਮੇਵਾਰੀ ਸਾਰੀ ਮੈਂ ਲਈ ਹੈ। ਅਤੇ ਜ਼ਿੰਮੇਵਾਰੀ ਬੜੀ ਚੀਜ਼ ਹੁੰਦੀ ਆ, ਗਰੰਟੀ ਜਿਹੜੀ ਦੇਣੀ ਹੁੰਦੀ ਨਾ ਕਿਸੇ ਦੀ, ਇਹ ਤਾਂ ਪੂਰਾ ਵੀ ਉਤਰਨਾ ਪੈਂਦਾ, ਅਤੇ ਇਨਸ਼ਾਅੱਲਾ ਤਾਲਾ ਮੈਂ ਅਜੇ ਤੱਕ ਤਾਂ ਪੂਰਾ ਹੀ ਉਤਰ ਰਿਹਾ। ਆਹ ਸਾਡਾ ਫੌਜੀ ਖੜਿਆ ਜੀ। ਹਾਂਜੀ ਫੌਜੀ ਸਾਹਿਬ, ਪੂਰਾ ਹੀ ਉਤਰ ਰਹੇ ਹਾਂ ਅਸੀਂ, ਕੋਈ ਸ਼ੱਕ ਨਹੀਂ ਜੀ। ਹਾਂ ਲੈਣ ਦੇਣ ਫੇਰ ਹੀ ਹੋਣਾ ਚਾਹੀਦਾ, ਲੈਣ ਦੇਣ ਫੇਰ ਹੋਏਗਾ ਤੇ ਉਸੇ 'ਚ ਬੰਦੇ ਦੀ ਇੱਜ਼ਤ ਹੈ, ਉਸੇ 'ਚ ਵਕਾਰ ਹੈ। ਆਹ ਫੌਜੀ ਨੂੰ ਜੀ ਮੈਂ ਬਿੱਲ ਦੇਣ ਲੱਗਿਆ ਜੀ। ਆਹ ਬਿੱਲ ਦੇਖੋ ਜੀ ਫੌਜੀ ਸਾਹਿਬ, ਤੁਹਾਡੇ ਹੱਥ ਦਾ ਬਣਿਆ। ਹਾਂ ਬਿਲਕੁਲ। ਤੇ ਆਹ ਪੈਸੇ ਗਿਣੋ ਜੀ ਆਪਣੇ, ਗਿਣੋ ਕਿੰਨੇ ਨੇ। ਬਿਲਕੁਲ ਕਈ ਹਿਸਾਬ ਨੇ ਜੀ, ਕਿਹੜਾ ਇੱਕ ਹਿਸਾਬ ਹੈ। ਇਹਦੇ ਚੋਂ ਤੁਸੀਂ ਮੈਨੂੰ ਦੇਣੇ ਕਿੰਨੇ? ਲਓ ਜੀ ਫੌਜੀ ਸਾਹਿਬ ਜਮਾਂ ਤਫਰੀਕ ਕਰਨ ਲੱਗੇ ਨੇ, ਰੁਪਈਏ 10-20 ਮੇਰੇ ਕੋਲ 20 ਰੁਪਏ ਬਣਦੇ ਹੋਣੇ ਮੇਰੇ। ਹਾਂ ਬਿੱਲ ਦੋ ਹੈ ਅਸਲ 'ਚ, ਇੱਕ ਮੋਟਰਸਾਈਕਲ ਦਾ ਕੰਮ ਕੁੰਮ ਇਹਨਾਂ ਦੇ ਮੁਲਾਜ਼ਮਾਂ ਨੇ ਕਰਵਾਇਆ ਸੀ, ਇਹ ਮੇਰੇ ਕੋਲ 20 ਰੁਪਏ ਬਣਦੇ ਨੇ ਯਾਰ ਟੋਟਲ ਦਾ। ਲਓ ਜੀ ਮੇਰੇ 20 ਰੁਪਏ ਇਹਦੇ ਹੱਲ ਬਣ ਗਏ ਨੇ, ਅਤੇ ਉਹ ਲੈ ਲੈਂਦੇ ਇਹਦੇ ਕੋਲੋਂ 20 ਰੁਪਏ, ਕਿਉਂਕਿ ਇਹ ਕਹਿੰਦੇ ਆਪਣਾ ਹੱਕ ਕਿਸੇ ਨੂੰ ਦੇਵੋ ਨਾ, ਕਿਸੇ ਦਾ ਹੱਕ ਖਾਵੋ ਨਾ। ਅਤੇ ਤਨਖਾਹ ਲੈਣ ਵਾਲੇ ਵੀ ਆ ਗਏ ਨੇ ਸਾਡੇ, ਉਹ ਦੇਖੋ ਤਨਖਾਹ ਲੈਣ ਵਾਲੇ ਰਕਸ਼ਾ ਲੈ ਕੇ ਆ ਗਏ ਨੇ ਜੀ। ਇਹ ਦੇਖੋ ਆ ਰਹੇ ਨੇ, ਇਹ ਇਹਨਾਂ ਨੇ ਪੈਟਰੋਲ ਪਵਾਇਆ ਮੇਰੇ ਕੋਲੋਂ। ਇਹ ਦੇਖੋ ਤਨਖਾਹਾਂ ਲੈਣ ਵਾਲੇ ਆ ਗਏ ਨੇ। ਲਓ ਜੀ ਬਕਾਇਆ ਸਾਨੂੰ ਜਿਹੜਾ ਨਾ ਜੀ 20 ਰੁਪਏ ਮਿਲ ਗਿਆ। ਕੈਮਰਾ ਅੱਜ ਮੈਂ ਚੱਲਾਂ ਜੀ ਹੁਣ ਮਸ਼ੀਨ 'ਤੇ, ਮਸ਼ੀਨ ਲੱਗੀ ਆ ਫਰਿਆਦ ਦੀ, ਥਰੈਸ਼ਰ ਮਸ਼ੀਨ ਜਿਹਨੂੰ ਕਹਿੰਦੇ ਨੇ, ਉਹ ਲੱਗੀ ਹੈ ਅਤੇ ਸਾਹਮਣੇ ਲੱਗੀ ਆ, ਦਿਖਾਉਂਦੇ ਹਾਂ ਤੁਹਾਨੂੰ। ਉੱਥੇ ਕਿਤੇ ਮਿੱਟੀ ਘਾਟਾ ਬੜਾ ਹੁੰਦਾ, ਲੇਕਿਨ ਚਲੋ ਵੀਡੀਓ ਤਾਂ ਬਣਾਉਣੀ ਹੈ ਨਾ ਜੀ, ਮਿੱਟੀ ਘਾਟੇ 'ਚ ਵੀ ਬਣਾਉਣੀ ਹੈ ਵੀਡੀਓ ਜੇ ਹੋਈ। ਕੰਮ ਇੰਝ ਹੀ ਹੁੰਦੇ ਨੇ, ਕਹਿੰਦੇ ਆ ਮੁਸ਼ਕਿਲ ਕੱਟ ਕੇ ਹੀ ਜਿਹੜੇ ਆ ਨਾ ਜੀ ਕੰਮ ਹੁੰਦੇ ਨੇ, ਘਰ ਬਹਿ ਕੇ ਤਾਂ ਕੰਮ ਹੁੰਦਾ ਹੀ ਕੋਈ ਨਹੀਂ। ਸ਼ਾਮ ਦਾ ਟਾਈਮ ਹੋ ਗਿਆ ਅਤੇ ਹੁਣ ਮਸ਼ੀਨ ਜਿਹੜੀ ਹੈ ਨਾ ਜੀ, ਮੈਨੂੰ ਲੱਗਦਾ ਜਾਂ ਤਾਂ ਬੰਦ ਹੋ ਰਹੀ ਹੈ, ਆਵਾਜ਼ ਨਹੀਂ, ਹੁਣ ਆਵਾਜ਼ ਘੱਟ ਗਈ ਹੈ, ਜਾਂ ਤਾਂ ਮੁਕੰਮਲ ਕਰ ਲਿਆ ਉਹਨਾਂ ਨੇ, ਮਸ਼ੀਨ ਬੰਦ ਕਰਤੀ ਹੈ। ਚਲੋ ਦੇਖਦੇ ਹਾਂ, ਕਣਕਾਂ ਸਾਰੀਆਂ ਤਕਰੀਬਨ ਹੁਣ ਨੇੜੇ ਲੱਗ ਗਈਆਂ ਨੇ। ਆਵਾਜ਼ ਆ ਤਾਂ ਰਹੀ ਹੈ, ਜਾਂ ਦੇਖੋ ਗੋਲਾ ਫਸਿਆ ਨਹੀਂ, ਚੱਲ ਰਹੀ ਹੈ। ਉਹ ਦੇਖੋ ਮਸ਼ੀਨ ਚੱਲ ਰਹੀ ਹੈ, ਤੁਹਾਨੂੰ ਦਿਖਾਈਏ ਥੋੜ੍ਹਾ ਜਿਹਾ। ਉਹ ਚੱਲ ਰਹੀ ਹੈ ਜੀ ਮਸ਼ੀਨ, ਇਹ ਚੱਲ ਰਹੀ ਹੈ ਮਸ਼ੀਨ, ਚੱਲਦੇ ਕੋਲ ਇਹਨਾਂ ਦੇ। ਫਿਰ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜਾ ਨਾ ਜੀ ਕਣਕਾਂ ਜਿਹੜੀਆਂ ਚੱਕੀਆਂ ਗਈਆਂ ਨੇ, ਜ਼ਿਆਦਾਤਰ ਪੇੜ ਖਾਲੀ ਹੋ ਗਏ ਨੇ। ਪਹਿਲੇ ਤਾਂ ਬਾਰਿਸ਼ ਨੇ ਜਿਹੜਾ ਨਾ ਜੀ ਬੜਾ ਤੰਗ ਕੀਤਾ ਲੋਕਾਂ ਨੂੰ, ਕਣਕਾਂ ਵੱਲੋਂ ਨਾ ਲੋਕ ਘਬਰਾ ਗਏ ਸੀ। ਇਹ ਥੋੜ੍ਹੀ ਜਿਹੀ ਫਰਿਆਦ ਦੀ ਖੜੀ ਆ ਟੋਟਾ,
ਚਲੋ ਜੀ ਹੁਣ ਮਸ਼ੀਨ ਤੇ ਚੱਲਦੇ ਆ, ਦੇਖਦੇ ਆ ਫਰਿਆਦ ਦਾ ਥ੍ਰੈਸ਼ਰ ਕੀ ਕਰ ਰਿਹਾ। ਗੱਟੂ ਤੇ ਉਹਨੇ ਘਰ ਭਰ ਰੱਖੇ ਨੇ, ਮਜ਼ਦੂਰ ਦੇਖਦੇ ਆ ਕਿਹੜੇ ਨੇ। ਸੂਰਜ ਵੀ ਡੁੱਬ ਰਿਹਾ ਇੱਧਰ ਦੇਖੋ, ਹੁਣ ਇਹ ਪਿੰਡ ਹੈ ਸਾਡਾ, ਪੰਤਾਲੀ ਚੱਕ ਇਹ ਸਕੂਲ ਆ ਗਿਆ ਜਿੱਥੇ ਦਰਖਤ ਨੇ ਆ ਜਿਹੜੇ ਨੇ ਹਾਈ ਸਕੂਲ ਬੋਇਜ਼। ਹੁਣ ਅਸੀਂ ਜਾ ਰਹੇ ਜੀ ਮਸ਼ੀਨ ਦੀ ਤਰਫ, ਇਹ ਮਸ਼ੀਨ ਲੱਗੀ ਹੈ। ਮਸ਼ੀਨ ਜਿਹੜੀ ਹੈ ਨਾ ਜੀ, ਪਤਾ ਨਹੀਂ ਹੁਣ ਫਰਿਆਦ ਇੱਥੇ ਹੈ ਕਿ ਨਹੀਂ ਹੈ। ਫਰਿਆਦ ਹੈ ਇੱਥੇ ਕੋਈ ਨਹੀਂ, ਮੈਂ ਤੇ ਆਇਆ ਸੀ ਫਰਿਆਦ ਕਰਕੇ, ਮੈਂ ਕਿਹਾ ਫਰਿਆਦ ਹੋਏਗਾ, ਫਰਿਆਦ ਕੋਈ ਨਹੀਂ ਜੀ। ਇੱਥੇ ਬੰਦੇ ਭੰਗੜੇ ਪਾ ਰਹੇ ਨੇ ਕੈਮਰੇ ਦੇਖ ਕੇ, ਇਹ ਦੇਖੋ ਜੀ ਬੰਦਾ ਨੱਚ ਰਿਹਾ ਡਾਂਸ ਕਰ ਰਿਹਾ, ਮਾਨੋ ਦੇ ਕੋਈ ਟਿਕਟ ਟਾਕਰ ਵੀ ਲੱਗ ਰਿਹਾ। ਇੱਧਰੋਂ ਕਣਕ ਸੁੱਕੀ ਜਾ ਰਹੀ ਹੈ, ਇੱਧਰੋਂ ਗਾਣੇ ਆ ਰਹੇ ਨੇ। ਗੋਲੀਆਂ ਜਿਹੜੀਆਂ ਪਈਆਂ ਨੇ ਜੀ ਨਿਕਲੀਆਂ, ਚੱਲਦੀ ਹੈ ਤੇ ਕਦੋਂ ਵੀ ਲੱਗੀ ਹੈ।
ਕਣਕ ਤੇ ਜਿਹੜਾ ਡੇਢ ਘੰਟਾ ਉਹ ਕਹਿੰਦਾ ਹੋਰ ਲੱਗ ਜਾਣਾ, ਇਹ ਜਿਹੜਾ ਨਾ ਜੀ ਇਹ ਦੱਸ ਰਹੇ ਨੇ ਵੀ ਡੇਢ ਘੰਟਾ ਹੋਰ ਲੱਗ ਜਾਣਾ। ਚਲੋ ਦੇਖਦੇ ਘੰਟਾ ਲੱਗਦਾ ਤੇ ਉਹ ਲੱਗ ਜਾਊਗਾ, ਮਸ਼ੀਨ ਤੇ ਚੱਲਣ ਤੇ ਮਿਲਾ ਸਕਦਾ। ਇੱਧਰ ਬੰਦੇ ਹੋਰ ਵੀ ਬੈਠੇ ਨੇ, ਉਹ ਵੀ ਤੁਹਾਨੂੰ ਦਿਖਾਈਏ। ਇਹ ਰੋਟੀਆਂ ਪਾੜਨ ਵਾਲੇ ਨੇ, ਮੰਜੀ ਤੇ ਬਹਿ ਗਏ, ਰੋਟੀ ਆਈ ਤੇ ਖਾ ਲਈ, ਹਾਂਜੀ ਹੋਰ ਕੁਛ ਵੀ ਨਹੀਂ। ਇੱਧਰ ਗੁੱਤਾ ਵੀ ਬੈਠਾ ਜੀ ਟਰਾਲੀ ਦੇ ਨਾਲ, ਤੇ ਦਾਣਿਆਂ ਵਾਸਤੇ ਇਹਨਾਂ ਖਿਲਾਰੀ ਹੈ ਟਰਾਲੀ ਲਿਆ ਕੇ ਇੱਥੇ। ਇਹ ਵੀ ਦਾਣੇ ਕਢਾਉਣ ਆਇਆ ਜੀ ਇੱਥੇ ਗੁੱਤਾ ਜਿਹੜਾ, ਇਹ ਵੀ ਦਾਣੇ ਕਢਾਉਣ ਆਇਆ। ਲਓ ਜੀ ਇਹ ਬੰਦੇ ਨੇ ਜਿਹੜੇ ਟੁੱਕਰ ਪਾੜ ਜਾਣ ਦਾ ਕੀਤਾ, ਇਹ ਸਿਰਫ ਇਹਨਾਂ ਦਾ ਕੰਮ ਹੈ ਮੰਜੀ ਤੇ ਬਹਿ ਜਾਣਾ, ਬਹਿ ਕੇ ਦੇਖਣਾ ਜਦੋਂ ਰੋਟੀ ਆਈ ਤੇ ਟੁੱਟ ਕੇ ਪੈਣਾ, ਇੰਝ ਗੱਲ ਹੈ ਨਾ। ਇਹ ਦੇਖੋ ਜੀ ਮਿੱਠੂ ਕਿਉਂ ਨੀ ਕਿਉਂ ਨੀ ਖਾਣਾ ਚਾਹੀਦਾ, ਇਹ ਮਿੱਠੂ ਜਿਹੜਾ ਨਾ ਜੀ ਇਹਨਾਂ ਨੂੰ ਕਿਉਂ ਨਾਲ ਪਾਇਆ। ਅੱਛਾ ਫੱਕਾ ਲੈਣ ਵਾਲੇ ਨੇ ਜੀ, ਫੱਕਾ ਲੈਣ ਵਾਸਤੇ ਆਏ ਨੇ, ਕਿਉਂ ਫੱਕਾ ਲੈਣ ਆਏ ਤੁਸੀਂ? ਦਾਣੇ ਭਰਵਾਣੇ ਤੇ ਤੇਰੇ ਪਿਓ ਨੇ ਪੱਠੀ ਲਾਈ ਹੈ ਹੈਂ? ਨਹੀਂ ਛਾਪਰ ਦਿਖਾਓ ਜਿਹੜੇ ਲੈ ਕੇ ਆਏ ਹੋ ਦਾਣਿਆਂ ਵਾਸਤੇ। ਲਓ ਜੀ ਛਾਪਰ ਵੀ ਜੇਬਾਂ 'ਚ ਪਾਏ ਨੇ ਚੋਰੀ ਇਹਨਾਂ ਨੇ, ਮਿੱਠੂ ਇਹਨਾਂ ਦੇ ਛਾਪਰ ਭਰ ਦੇਵੀਂ। ਲਓ ਜੀ ਇਹ ਬੱਚੇ ਜਿਹੜੇ ਆਏ ਨੇ, ਇਹ ਆਏ ਨੇ ਇੱਥੇ ਫੱਕਾ ਲੈਣ ਵਾਸਤੇ। ਆਹ ਦੇਖੋ ਛਾਪਰ ਇਹਨਾਂ ਨੇ ਜਿਹੜੇ ਆ ਨਾ ਜੀ, ਆਹ ਦੇਖੋ ਛਾਪਰ ਜੇਬਾਂ 'ਚ ਪਾਏ ਨੇ ਫੱਕਾ ਲੈਣ ਵਾਸਤੇ, ਹੈਂ? ਇਹ ਫੱਕਾ ਅਸੀਂ ਵੀ ਲੈਂਦੇ ਹੁੰਦੇ ਸੀ ਕਿਸੇ ਟਾਈਮ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਅਸੀਂ ਵੀ ਫੱਕਾ ਲੈਂਦੇ ਹੁੰਦੇ ਸੀ। ਪੂਰਾ ਸਾਲ ਅਸੀਂ ਇੰਤਜ਼ਾਰ ਕਰਦੇ ਹੁੰਦੇ ਸੀ ਇਸ ਗੱਲ ਦਾ ਵੀ ਕਦੋਂ ਕਣਕਾਂ ਚੱਕੀਆਂ ਜਾਣਗੀਆਂ ਤੇ ਫੱਕਾ ਮਿਲੇਗਾ, ਪੈਸੇ ਆਉਣਗੇ, ਗੋਲੇ ਖਾਵਾਂਗੇ ਬਰਫ਼ ਵਾਲੇ, ਹੈਂਜੀ ਕੁਲਫੀਆਂ ਖਾਵਾਂਗੇ। ਇਹ ਵੀ ਹੁਣ ਉਹ ਹੀ ਸਮਝ ਲਓ, ਹੈਂਜੀ ਹੁਣ ਇਹ ਨੇ ਫੱਕਾ ਲੈਣ ਵਾਲੇ, ਉਦੋਂ ਅਸੀਂ ਸੀ। ਚਲੋ ਇਹ ਤੇ ਟਾਈਮ ਆਉਂਦਾ ਰਹਿੰਦਾ, ਕੱਲ੍ਹ ਇਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਫੱਕਾ ਦੇਣਾ, ਕਿਉਂ ਮਿੱਠੂ ਇੰਝ ਨਹੀਂ ਗੱਲ? ਤੇ ਅੱਗੇ ਅਸੀਂ ਲੈਂਦੇ ਰਹੇ ਹਾਂ ਫੱਕੇ, ਹੁਣ ਇਹ ਫੱਕੇ ਲੈ ਰਹੇ ਨੇ, ਆਹ ਕੁੱਤੇ ਨੇ ਵੀ ਫੱਕਾ ਲੈਣਾ ਜੀ, ਹੈਂ? ਇੱਕ ਫੱਕਾ ਲੈਣ ਵਾਸਤੇ ਉਹ ਆ ਰਿਹਾ ਜੀ ਬੰਦਾ, ਦੁੱਲਾ ਆ ਰਿਹਾ, ਦੁੱਲਾ ਫੱਕਾ ਲੈਣ ਵਾਸਤੇ। ਕੁੱਤੀ ਬੱਚਿਓ ਦੇਖੋ ਜੀ, ਕੁੱਤੀ ਜਿਹੜੀ ਹੈ ਨਾ ਜੀ, ਦੇਖ ਲਓ ਬੱਚੇ ਨਾਲ ਨਾਲ ਮਾਂ ਦੇ ਫਿਰਦੇ ਨੇ, ਹਾਂਜੀ ਦੁੱਧ ਪੀ ਰਿਹਾ। ਹਾਏ
ਉਹ ਕਹਿੰਦੀ ਨੇੜੇ ਨਾ ਲੱਗ ਮੇਰੇ ਬੱਚੇ ਦੇ, ਬੱਚੇ ਸਾਰਿਆਂ ਨੂੰ ਪਿਆਰੇ ਹੁੰਦੇ ਨੇ। ਭਰੀਆਂ ਦੇ ਵਿੱਚੋਂ ਬੱਚਾ ਕੱਢ ਕੇ ਲੈ ਗਈ, ਦੇਖਦਾ ਇਕੱਲਾ ਬੱਚਾ ਸੀ। ਇੱਥੇ ਦੋ ਹੋਰ ਵੀ ਹੈ ਨੇ, ਮਿੱਠੂ ਦਾ ਕੰਮ ਆ, ਜਿੱਥੇ ਮਿੱਠੂ ਜਾਂਦਾ ਕੁੱਤੇ ਬਿੱਲੀਆਂ ਦੇ ਮਗਰ ਹੁੰਦੇ ਨੇ। ਨੌਜਵਾਨ ਚਲੀਏ ਘਰ, ਹੁਣ ਵੀਡੀਓ ਬਣ ਗਈ ਆ, ਇੱਥੇ ਜਿਹੜੀ ਬਣ ਗਈ ਸੀ, ਹੁਣ ਚੱਲਦੇ ਹਾਂ ਘਰ, ਜਾ ਕੇ ਨਮਾਜ਼ ਵੀ ਪੜ੍ਹਨੀ, ਟਾਈਮ ਨਮਾਜ਼ ਦਾ ਹੋ ਰਿਹਾ। ਅਤੇ ਵੀਡੀਓ ਦੇਖ ਕੇ ਇਹਨੂੰ ਲਾਈਕ ਔਰ ਸਬਸਕ੍ਰਾਈਬ ਵੀ ਕਰਿਆ ਕਰੋ, ਅਸੀਂ ਤੁਹਾਡੇ ਵਾਸਤੇ ਇਹ ਕਰਦੇ ਹਾਂ ਸਾਰੀ ਮਿਹਨਤ। ਇਹਨੂੰ ਦੇਖੇ ਵੀ ਕਰੋ ਔਰ ਇਹਨੂੰ ਲਾਈਕ ਔਰ ਸਬਸਕ੍ਰਾਈਬ ਵੀ ਕਰਿਆ ਕਰੋ ਅਤੇ ਸ਼ੇਅਰ ਵੀ ਕਰਿਆ ਕਰੋ, ਮਿਹਰਬਾਨੀ। ਹੁਣ ਅਸੀਂ ਜਾ ਰਹੇ ਹਾਂ ਜੀ ਆਪਣੇ ਘਰ, ਇਹ ਰਸਤਾ ਜੀ, ਅਤੇ ਹੁਣ ਅਸੀਂ ਦੂਸਰਾ ਰਸਤਾ ਲਿਆ ਜੀ। ਪਹਿਲਾ ਰਸਤਾ ਜਿਹੜਾ ਸੀ ਉਹ ਸੜਕ ਵਾਲਾ ਸੀ, ਇਹ ਹੁਣ ਕੱਚਾ ਰਸਤਾ ਸਾਡਾ, ਇਹ ਵੀ ਸੜਕ 'ਤੇ ਜਾ ਕੇ ਚੜ੍ਹਦਾ ਸਾਹਮਣੇ ਸਕੂਲ ਦੇ। ਇਹ ਦੇਖੋ ਉਹ ਸੜਕ ਹੈ ਸਾਹਮਣੇ, ਅਤੇ ਹੁਣ ਅਸੀਂ ਜਾ ਰਹੇ ਹਾਂ ਜੀ, ਅਸੀਂ ਗਰਾਊਂਡ ਦੇ ਵਿੱਚੋਂ ਦੀ ਜਾਵਾਂਗੇ, ਬੱਚਿਆਂ ਦੇ ਗਰਾਊਂਡ ਦੇ ਵਿੱਚੋਂ ਦੀ। ਅਤੇ ਟਾਈਮ ਹੋ ਗਿਆ, ਜਾਨਾਂ ਹੋ ਰਹੀਆਂ ਨੇ, ਚੱਲ ਕੇ ਨਮਾਜ਼ ਪੜ੍ਹੀਏ। ਨਮਾਜ਼ ਪੜ੍ਹ, ਨਮਾਜ਼ ਤਾਂ ਪਹਿਲੇ ਆ ਜੀ, ਬਾਕੀ ਕੰਮ ਬਾਅਦ 'ਚ, ਨਮਾਜ਼ ਪਹਿਲੇ। ਕਿਉਂਕਿ ਨਮਾਜ਼ ਜਿਹੜੀ ਹੈ ਨਾ ਜੀ, ਇਹ ਤਾਂ ਹਰ ਮੁਸਲਮਾਨ ਨੂੰ ਪੜ੍ਹਨੀ ਚਾਹੀਦੀ ਹੈ।